ਲੈ ਵੀ ਮਿੱਤਰਾ ਫੁੱਲ ਕਰਦੇ ਕਹਿੰਦੇ ਅੱਜ ਜ਼ੋਰ ਪਰਖਿਆ ਜਾਣਾ ਨਾਲੀ ਦੀ ਜ਼ਮੀਨ ਬੋਣੀ ਗਿੱਲੀ ਉੱਤੋਂ ਵੀ ਕਿਹੜੀ ਨਾਲੀ ਵਾਲੀ ਗਿੱਲੀ ਫੁੱਲ ਭਰਦੇ ਨਾਲੇ ਐਵਰੇਜ ਕੱਢਾਂਗੇ ਇਹਦੀ ਕੰਨੀਆਂ ਲਾ ਦੇ ਫਿਰ ਆ ਕੇ ਫਿਰ ਦੁਬਾਰੇ ਭਰਾਂਗੇ डो ला दी बस थोड़ा और बाद बस हाँ हाँ दस तू की पूछता सी आ चीज क्यों लगी होंगी नाप दे केड़ी चीज आली इधर की साब है भाई दसो यार किसी नूं पता था नाप दे आ क्यों लगे होंगे ले मुंडे का सवाल है दसो भी क्यों लगे होंगे नाप दे ये मैं बावारी पूछने की कोशिश की थी पर तू दस्या नहीं ਆਤਾ ਹੋ ਗਿਆ ਜੀ ਕੰਪਲੀਟ ਪੂਰਾ 3 ਕਿੱਲੇ ਬਾਣ ਬਾਤਾ ਹੁਣ ਦੁਬਾਰੇ ਟੈਂਕੀ ਭਰਾਂਗੇ ਦੇਖਦੇ ਆ ਵੀ ਕਿੰਨਾ ਖਾ ਗਿਆ 3 ਕਿੱਲਿਆਂ ਚ ਫਿਰ ਜਾਵਾਂਗੇ ਨਾਲੀ ਚ ਉੱਥੇ ਬਾਣ ਐਸ ਤੋਂ ਵੀ ਚੀੜਾ ਉੱਥੇ ਐਵਰੇਜ ਦਾ ਦੇਖਦੇ ਕਿੰਨਾ ਫਰਕ ਪੈਂਦਾ ਇਹਦੇ ਨਾਲੋਂ
ਹਲ ਜੜਾ ਕੇ ਤੇਲ ਪਾ ਦੇ ਹੋਲੈਂਡ ਚ ਮਿਣ ਕੇ ਕਿੰਨਾ ਪੈਂਦਾ ਹੈ ਥੱਲੇ ਮਿਣ ਕੇ ਪਾਉਣਾ ਆਪਾਂ ਇਹਦੇ ਚ 3 ਕਿੱਲੇ ਮਾਰੇ ਆ ਕਿੰਨਾ ਪੀ ਗਿਆ ਆ ਪੈਣਾ ਨਹੀਂ 10 ਲੀਟਰ ਦਾ ਨਾਪ ਫੜ ਜੇ ਮੈਨੂੰ ਤਾਂ ਚੱਕਣ ਦੇ ਦੋਨੋਂ ਨਾਲ ਆਵੇ ਚੱਲ ਜਾਣ ਦੇ ਬਾਬੇ ਡਰੇ ਫੜਾ ਜਾਂਦਾ ਛੱਡ ਦੇ ਛੱਡ ਦੇ ਹੌਲੀ 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 ਵੀਰੇ ਹੌਲੀ ਚੱਲ ਸਾਰਾ ਪੈ ਜੂਗਾ ਬਾਈ ਹੋਰ ਲਿਆਉਣਾ ਪਊਗਾ ਤੇਲ ਕਿਤੇ ਕੁਝ ਹੋਰ ਨਾ ਲਿਆਉਣਾ ਪੈ ਜੇ ਐਕਸਪੀਰੀਅੰਸ ਆਪਣਾ ਵੀ ਹੈ ਦੇਖ ਲਈ ਤੂੰ ਨਾ ਹੋਵੇ ਤਾਂ ਨਾ ਨਾ 10 ਲੀਟਰ ਸਾਰਾ ਪੈ ਜੇ ਦਾ ਤੇਲ ਨਹੀਂ ਬੰਦਾ ਉਹ ਡੋਲੇਗਾ ਇਹ ਬਚ ਗਿਆ ਐਕਸਪੀਰੀਅੰਸ ਕਹਿੰਦੇ ਮਣੀ ਦਾ ਐਕਸਪੀਰੀਅੰਸ ਹੈ ਇਹ ਬਸ ਹਲਾ ਟਰੈਕਟਰ ਹਲਾਈ ਮੜੇ ਦਾ ਆਪਾਂ ਕਿਹੜਾ ਹਲਾ ਕੇ ਪਾਇਆ ਸੀ ਇਹਦੇ ਚ ਕਿੰਨਾ ਕੁ ਪਾਲੇਗਾ ਤੂੰ ਹਲਾ ਕੇ ਸਾਰਾ ਪਾਉਂਗਾ ਮੈਂ ਹਲਾਈ ਚੱਲ ਤੂੰ ਇਧਰੋਂ ਟਾਇਰ ਫੜ ਲਾ ਯਾਰ ਟਾਇਰ ਫੜ ਲਾ ਹਾਂ ਮੈਂ ਤੇਰਾ ਰੱਜਿਆ ਬਸ ਆ ਦਿਖਾ ਕਿੰਨਾ ਕਰੇ ਗਏ ਇਹਦੇ ਚ ਚੱਲ ਇਹਦੇ ਚ ਰਹਿ ਗਿਆ ਮੰਨ ਲਾ 1.5 ਲੀਟਰ ਹੋਊਗਾ ਨਾ ਵਿੱਚ ਪਾ ਤੂੰ ਨਾਪ ਇਹ ਰੱਖ ਹੱਥ ਬਸ ਕਿਸ਼ੋ ਦਾ ਕਿੰਨਾ ਹੋ ਗਿਆ ਜੀ ਮਤਲਬ 9 ਲੀਟਰ ਤੇਲ ਖਾ ਗਿਆ ਤੇ 3 ਆ 9 ਲੀਟਰ ਕਹੇਗਾ ਨਾ ਮਤਲਬ ਖੇਤ ਆਉਣ ਜਾਣ ਦਾ ਸਾਰਾ ਕਰਕੇ ਔਰ 9 ਲੀਟਰ ਤੇਲ ਖਾ ਗਿਆ 3 ਵਿਗਿਆਂ ਤੇ ਫਰੇਮ ਲਾ ਕੇ ਪੂਰਾ ਟਕਾ ਕੇ ਬਾਹੀ ਕਰੀਏ ਇਹ ਨਹੀਂ ਵੀ ਕਿਸੇ ਦੇ ਆਪਾਂ ਪੋਲਾ ਬਾਇਆ ਜਾਂ ਆਪਾਂ ਆਪਦਾ ਬਣ ਬਾਇਆ ਤਾਂ ਟਕਾ ਕੇ ਬਾਇਆ ਜਮਾਂ ਘੈਂਟ ਐਵਰੇਜ ਆਈ ਹੈ ਨਹੀਂ ਤਾਂ ਦੂਰੀਆਂ ਤਵੀਆਂ ਮਾਰਦੇ ਤਾਂ ਮਤਲਬ 4 ਦੀ ਐਵਰੇਜ ਆਉਣੀ ਸੀਗੀ ਹੁਣ ਸਿੱਧਾ ਰੋਟਾਵੇਟਰ ਮਾਰ ਕੇ ਬੀਜ ਦੇਣਾ ਵਾ ਚੱਲ ਤੋਰੋ ਇਹਨੂੰ ਵੀ ਲਓ ਵੀ ਮਿੱਤਰੋ ਪਹੁੰਚ ਗਿਆ ਨਾਲੀ 'ਚ ਆਪਾਂ ਹੁਣ ਇੱਥੇ ਰੀਪਰ ਅੱਜ ਦੁਬਾਰੇ ਮਾਰਿਆ ਪਹਿਲਾਂ ਮਾਰਿਆ ਸੀਗਾ ਉੱਤੋਂ ਮੀਂਹ ਪੈ ਗਿਆ ਹੁਣ ਰੀਪਰ ਅੱਜ ਮਾਰਿਆ ਅਤੇ ਹੁਣ ਲਾਉਣੇ ਉਹਨੂੰ ਅੱਗ ਬੰਨੇ ਬੰਨੇ ਥੋੜ੍ਹੇ ਗੁਆਂਢੀਆਂ ਦੇ ਨਾਲ ਪੈ ਜੇ ਅੱਗ ਪਿਤਾ ਸ੍ਰੀ ਕਰ ਰਿਹਾ ਸਾਈਡ ਦੇ ਸੈੱਟ ਕੰਮ ਫਿਰ ਉਸ ਤੋਂ ਬਾਅਦ ਲੱਗਦੇ ਆ ਬਾਹਣ ਬਹੁਤ ਗਿੱਲਾ ਪਿਆ ਬਾਹਣ ਤਾਂ ਆਹਾ ਨਾ ਆਹ ਖਿੱਚ ਲਾ ਨਰਾਲੀ ਨਾਲ ਇਹਨਾਂ ਦੀ ਅੱਗ ਨਾ ਪੈ ਜੇ ਇੱਧਰ ਝੋਨਾ ਖੜਾ ਵੀ ਗੁਆਂਢੀਆਂ ਦਾ ਅਤੇ ਇੱਧਰ ਲਾਉਣੀ ਅੱਗ ਬਣ ਵੀ ਪੂਰਾ ਕਿੱਲਾ ਕਹਿੰਦੇ ਜਮੇਂ ਗਿੱਲਾ ਤੁਰਨੇ ਨੇ ਡਾਇਟਰ ਨੇ ਕਿਵੇਂ ਦੁਬਾਰਾ ਦੱਸੇ ਨਸਲ ਤਾਂ ਤੂੰ ਪੈੜੀ ਆ ਸੁੰਘ ਕੇ ਦੇਖਦਾ ਜਿਹੜੇ ਜਿਹੜੇ ਵਿਗਿਆਨਿਕ ਲੋਕ ਹੁੰਦੇ ਆ ਨਾ ਤਜਰਬੇਦਾਰ ਬੰਦੇ ਹੁੰਦੇ ਆ ਉਹਨਾਂ ਨੂੰ ਪਤਾ ਲੱਗਦਾ ਇਹ ਚੀਜ਼ਾਂ ਤੁਹਾਨੂੰ ਨਹੀਂ ਪਤਾ ਇਸ ਗੱਲਾਂ ਦਾ ਮੈਨੂੰ ਪਤਾ ਹੁਣ ਤਾਇਆ ਸੁਣਾਊਗਾ ਕੋਈ ਗੱਲਬਾਤ ਦੇਖੀ ਆਉਂਦਾ ਜੀ ਕਹਿੰਦੇ ਮੁੰਡੇ ਚੱਲ ਪਏ ਸ਼ਿਕਾਰ ਕਰਨ ਤਗੜਾ ਜੇ ਪੁੱਤ ਅੱਗ ਤਾਂ ਪੈ ਗਏ ਨੇ ਇੱਧਰ ਉੱਧਰ ਹਾਂ ਜੇ ਤੈਨੂੰ ਮੈਂ ਕਰਾਊ ਤੇ ਉੱਤੋਂ ਕਰਾਊ ਬੁੜਾ ਆਪਣਾ ਫਿਰ ਤੈਨੂੰ ਭਾਈ ਤੈਨੂੰ ਰਾਹ ਨੀ ਦਿਖਾਉਣਾ ਲਾ ਲੈਂਦੇ ਉਹਨਾਂ ਨੂੰ ਵੀ ਗੇੜਾ ਲਾ ਲੈਂਦੇ ਨਾਲ ਉਹਨਾਂ ਦੇ ਵੀ ਲੱਗ ਜੂ ਗੁਆਂਢੀਆਂ ਦੇ ਉਹਨਾਂ ਦੇ ਵੀ ਝੋਨਾ ਖੜਾ ਪਰਲੇ ਪਾਸੇ ਉਹ ਵੇਖ ਠੀਕ ਹੈ ਲਾ ਲਓ ਗੇੜਾ ਲਾ ਲਓ ਜੀ ਹੈ ਬਰਾੜਾ ਇੱਕ ਗੱਲ ਹੈ ਵੀ ਜੇ ਸਰਕਾਰ ਤੇਲ ਸਸਤਾ ਕਰਦੇ ਹੈ ਨਾ ਡੀਜ਼ਲ ਤਾਂ ਆਪਾਂ ਬਾਹ ਗਧੀ ਗੀੜ ਪਾ ਦਈਏ ਵਾਹ ਵਾਹ ਕੇ ਨਾ ਹੁਣ ਤੇਲ ਇੰਨਾ ਮਹਿੰਗਾ ਹੈ ਪਰਾਲੀ ਬਾਲਦੇ ਆਪਾਂ ਵੀ ਦੇਖੋ ਵੀ ਸਿਹਤ ਵਾਸਤੇ ਬਹੁਤ ਕੋਈ ਸਵਾਦ ਵਾਲੀ ਗੱਲ ਕਰੀ ਨੀ ਤੂੰ ਸਵਾਦ ਵਾਲੀ ਗੱਲ ਦੱਸ ਚੱਲ ਕੋਈ ਨੀ ਤੂੰ ਡਾਣੀ ਚੱਕ ਟੇਕ ਵਾਲੇ ਬਾਂਹ ਤਾਂ ਹੁਣ ਵੀ ਬਹੁਣੀ ਹੈ ਮੈਂ ਚੁੱਕ ਗਿੱਟਲਾ ਓਏ ਆ ਪਰਾਲੀ ਨੂੰ ਤਾਂ ਅੱਗ ਲਾਈਏ ਆਪਾਂ
ਤੂੰ ਚੰਗਾ ਹੋਰ ਕੰਮ ਕਰ ਲੈ ਕੋਈ ਚੰਗਾ ਕਰਚੇ ਕੁਰਚੇ ਚੁੱਕ ਲੈ।